एक कर रहे हैं। ओए सब नु बख्श, एक कर रहे हैं। सही दुआ कर रहे हैं। की है उस्ताद जी? मेरा ख्याल दूसरी की कब्र है जी। लख लाना तो डिजाइन अब स्विमिंग पूल का कंजरा अगे उत्ते चल, उत्ते चल डिजाइन आ और डिजाइन तेन मैं कहना उत्ते चल। इत्थे किदी कब्र आ पू आ स्विमिंग पूल आ दे उत्थे किदी कब्र बनाती उन्होंने कुछ। फैसल साहब अकल नु हाथ मार लिया करो अपने आप भी। दूरों इंज ही लग्या सीगा, तुहानू पता ही है मैं दुआ करन तो बगैर नहीं किते भी जांदा। ए की होया मिठे, तेरी गली च वड़ के तेरे घर तक जाना होवे ना ते जिथे पैर रखना ना उथे पहले इट रखनी पैंदी थले, तीयां पैंतियां इटां दी लाइन ला के ते फिर उत्तों दी जाके तेरे घर वड़ीदा। उहदी वजह सताजी भला की है? की आ देखो इन्होंने काम बना चेक कर देखो ए वो मिठा लग रहा तुम। ए देखो तौबा तौबा तौबा। Where are you from? नेपाल क्या? नेपाल। And changing the water? पानी की कितना बनाना सीखा? चेंज है पानी, तू ना चल। मिठे बस कर दे, तू नहाना होवे ना अपने घर ते चार भरा पहले तू वेट कर दा भी कदों नहा के निकलन बारी बारी ते पंजवी मेरी बारी है, बस कर दे। खुदा दी कसमे हर भरा दा लहदा साबण आ ते मरन मरान ते आ जांदे इक दूजे दे साबण लैण ते, मरन मरान ते आ जांदे और नहाउण तों बाद अपना साबण इदां लगाउंदे जिवें 24 कैरेट दा साबण हुंदा इहनां फिर ते मूंह इहनां दा आ भई इहदे आ चलो मिठा साहब जरा बिस्मिल्ला चलो बहुत बेटे मूँह मैं क्या पता नहीं मछली स्टाइल जाना वो तेरिया खारा हो जाए हाँ ते तैरना नहीं आता ते बेटा 65% ते तू बाहर हाले तेन डर है तैरना नहीं आता फैसल हो रहा थले लो जी नादरीन फैसल ड्रामे आ कलाबाजी मार ते कलाबाजी मारी सानू ना लै जी नाल चल ओहो वाह चल भी चल मदारिया तेरा कमाल आ फैसल चल ओ तेरी खैर ओ ओ वाह आ
ਜੱਕਾ ਪਲੀਜ਼ ਇੰਟਰ ਦ ਬਲੈਡਿੰਗ ਮੇਰੇ ਖੂਨ ਨਿਕਲਦਾ ਨਾ ਮੈਂ ਤੈਨੂੰ ਦੱਸ ਪੁਰਾਣੇ ਇੰਟਰ ਦ ਬਲੈਡਿੰਗ ਐਂਡ ਸਵੈਲਿੰਗ ਨੋ 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 ਉਹ ਮੈਂ ਬੜਾ ਕੰਬੋਲ ਆ ਕੀ ਆ ਸਵੈਲਿੰਗ ਹਰੀ ਪੂਜ ਉਹ ਲੋ ਜੀ ਸਾਹਿਬ ਫੈਸਲ ਹੋ ਰਿਹਾ ਫੈਸਲ ਹੋ ਰਿਹਾ ਇੱਥੇ ਆ ਹਾਂਜੀ 10 ਸਕਿੰਟ ਤੋਂ ਥੱਲੇ ਰਹਿਣਾ ਠੀਕ ਆ ਚੱਲ ਥੱਲੇ ਜਾ 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 ਥੱਲੇ ਜਾ ਥੱਲੇ ਥੱਲੇ ਬੈਠੇ ਰਹਿਣਾ ਚੱਲ ਮਿੱਠੇ ਨੂੰ ਪਰੇ ਕਰਨਾ ਉਸਾ ਜਿਵੇਂ ਹੱਸੇ ਦਾ ਪਤਾਸਾ ਬਣ ਜਾਂਦਾ ਯਕੀਨ ਕਰੋ ਯਾਰ ਉਰੇ ਆਣਾ ਚੱਲ ਅੱਡੇ ਮਿੱਠੇ ਤੋਂ ਕੁਛ ਨਾ ਕਰੀ ਮੈਂ ਤੇਰਾ ਸਾਹ ਚੈੱਕ ਕਰਨਾ ਚੱਲ 1 2 3 ਆ ਕੰਜਰਾ ਬਗੈਰਤਾ ਆ ਲੱਖ ਲਾਣਾ ਤੇ ਤੇਰੀ ਜ਼ਿੰਦਗੀ ਤੇ ਲਾ ਨਾ ਆ ਕਮੀਆਂ ਆ ਬਗੈਰਤਾ ਤੋਰ ਫਿਟੇ ਮੂੰਹ ਤੇਰੀ ਜ਼ਿੰਦਗੀ ਤੇ ਲੈ ਲਿਆ ਬੋਲੋ ਹਾਂ ਫੈਸਲ ਭਾਈ ਠੀਕ ਹੋ ਹਨਾ ਓਕੇ ਕਿੰਨੇ ਮਿੰਟ ਰਿਹਾ ਸੀ ਹੈ ਕਿੰਨੇ ਮਿੰਟ ਰਿਹਾ 6 ਗਾਲਾਂ ਅੰਦਰ ਰਿਹਾ ਤੂੰ ਇਧਰ ਆ ਦੁਬਾਰਾ ਇਧਰ ਇਥੋਂ 6 ਮਿੰਟ ਰਿਹਾ ਅੰਦਰ ਹਾਂ ਦੁਬਾਰਾ ਨੇ ਓਏ ਯਾਰ ਮਿੱਠੇ ਦੇਖੀ ਫੈਸਲ ਨੂੰ ਕਿੰਨੀ ਦੇਰ ਰਹਿੰਦਾ ਅੰਦਰ ਚੱਲ ਕਿੰਨੇ ਮਿੰਟ 6 ਮਿੰਟ ਰਿਹਾ ਸੀ ਉਹ 6 ਮਿੰਟ ਨਹੀਂ ਰਿਹਾ ਹਾਂ ਚੱਲ ਤੂੰ ਅੰਦਰ ਤੇ ਬਹੁਤ ਦੇਰ ਰਿਹਾ ਤੂੰ ਆਹੋ ਚੱਲ ਚਲੋ ਜੀ 1 2 3 ਲੱਖ ਲਾਣਤ ਤੇਰੀ ਜ਼ਿੰਦਗੀ ਤੇ ਹਾਂ ਕੰਜਰਾ ਹਾਂ ਬਗੈਰਤਾ ਹਾਂ ਕੈਸਾ ਢੇਡਾ ਤੇਰਾ ਹਾਂ ਤੇਰੇ ਕਿਤੇ ਮਰੇ ਤੈਨੂੰ ਲਵੇ ਮੌਲਾ ਤੈਨੂੰ ਕਿਤੇ ਆ ਵਾਹ ਫੈਸਲ ਭਾਈ ਕੀ ਬਾਤ ਹੈ ਕਸਮ ਸੇ ਜ਼ਬਰਦਸਤ ਬਹੁਤ ਅੱਛੀ ਜੀ ਕੀ ਸਟੈਪ ਅੱਲਾ ਦੀ ਕਸਮ ਵਿੱਚ ਵਾਲਾਂ ਆਂਡੀਆਂ ਸੀ ਮੈਂ ਤਾਂ ਦੱਸਾਂ ਤੁਸੀਂ ਕੀ ਕਹਿੰਦੇ ਤੈਨੂੰ ਲਵੇ ਮੌਲਾ ਨਹੀਂ ਨਹੀਂ ਉਸ ਕੋ ਕਹਾ ਹੈ ਨਹੀਂ ਕਿੱਦਾਂ ਥੱਲੇ ਕਿੱਦਾਂ ਆਵਾਜ਼ ਜਾ ਸਕਦੀ ਚਲੋ ਦੁਬਾਰਾ ਕਹੋ ਮੈਂ ਬੁੱਝਣਾ ਤੂੰ ਥੱਲੇ ਜਾਣਾ ਚੱਲ ਠੀਕ ਹੈ ਜੇ ਮੈਂ ਸਹੀ ਪੁੱਛਿਆ ਜੇ ਸਹੀ ਪੁੱਛਿਆ ਤੈਨੂੰ ਜੋ ਕੇ ਦੇਣਾ ਚੱਲ ਉੱਚੀ ਗਾਣਾ ਪਲੀਜ਼ ਦਾ ਇਨਸਾਫਿੰਗ ਦਾ ਐਥਿਕਲ ਲੈ ਇਨਸਾਫਿੰਗ ਲਾਈਕ ਦਾ ਇਨਸਾਫ ਕਰਨੇ ਲੈ ਇਨਸਾਫਿੰਗ ਦਾ ਚੱਲ ਚਲੋ ਜੀ ਫੈਸਲ ਇਨਸਾਫ ਕਰਨੇ ਜੋ ਜੋ ਇਹਨਾਂ ਨੇ ਕਹਿਣਾ ਓਕੇ ਤੁਸੀਂ 4 ਗੱਲਾਂ ਕਰਨੀਆਂ ਕੋਈ ਇੱਕ ਗੱਲ ਮੈਂ ਪੁੱਛਾਂਗਾ ਓਕੇ ਓਕੇ ਓਵਰਲੈਪ ਨਾ ਕਰੀ ਹੋਏ ਜ਼ਿੰਦਗੀ ਮੌਤ ਦਾ ਮਸਲਾ ਹੀ ਥੱਲੇ ਜਾਣਾ ਤੂੰ ਚੱਲ ਠਹਿਰ ਜਾ ਮੇਰਾ ਖਿਆਲ ਇਹਨੂੰ ਪੈਪ ਥਾਣੀ ਆਵਾਜ਼ ਆ ਰਹੀ ਹੈ ਪੈਪ ਦੇ ਅੰਦਰੋਂ ਆਵਾਜ਼ ਨਹੀਂ ਜਾਂਦੀ ਚੱਲ ਠੀਕ ਹੈ ਚੱਲ ਜਾ ਪੈਪ ਫੜ ਕੇ ਬਾਹਰ ਚੱਲ ਤੇਰੀ ਜੱਤ ਤੇ ਲਾਨਤ ਤੇਰੀ ਜੱਤ ਤੇ ਲਾਨਤ ਇਹ ਕਿੱਥੋਂ ਆ ਸਕਦਾ ਇਹਨੂੰ ਕੌਣ ਦੱਸਦਾ ਅੱਲਾ ਦੀ ਕਸਮ ਹੈ ਹੀ ਗਿਆ ਇਹ ਕਿੱਦਾਂ ਪਤਾ ਲੱਗਦਾ ਤੈਨੂੰ ਭਾਈ ਵੇਖੋ ਪਾਦਾ ਇਹ ਨਹੀਂ ਹੋ ਸਕਦਾ ਦੇ ਉਸਤਾਦ ਜੀ ਹਨਾ ਸ਼ਕਤੀਆਂ ਹੁੰਦੀਆਂ ਇੱਕ ਦੇ ਬੰਦੇ ਚ ਕਿਹਨੀ ਹੁੰਦੀਆਂ ਗੋਡ ਗਿਫਟਡ ਚੀਜ਼ਾਂ ਹੁੰਦੀਆਂ ਨੇ ਇੱਕ ਦੇ ਬੰਦੇ ਦੇ ਵਿੱਚ ਮਿੱਠੇ ਤੇਰੇ ਹੁੰਦੀ ਆਵਾਜ਼ ਰਿਆ ਮਿੱਠੇ ਤੂੰ ਦੇਖੀ ਤੇਰੇ ਆਵਾਜ਼ ਹੁੰਦੀ ਚੱਲ ਮਿੱਠਾ ਬਗਾਰਤ ਨਹੀਂ ਤੂੰ ਪਹਿਲੇ ਅੱਧਾ ਤੇ ਤੂੰ ਬਾਹਰ ਆ ਗਿਆ ਸੀ ਥੱਲੇ ਰਹਿ ਜਰਾ ਥੋੜੀ ਦੇਰ ਚੱਲ ਕੰਜਰਾ ਮੈਨੂੰ ਨਹੀਂ ਆਵਾਜ਼ ਆਈ ਨਹੀਂ ਨਹੀਂ ਇਹਨੂੰ ਕਿੱਦਾਂ ਆਉਂਦੀ ਹੈ ਚਲੋ ਦੁਬਾਰਾ ਕਹਿਣਾ ਜਰਾ ਇਹ ਕੀ ਗੱਲ ਇਹਨੇ ਕੰਨ ਕਿਤੇ ਚੱਲ ਬਸ ਤੇਰੀ ਮਰਜ਼ੀ ਆ ਬਾਹਰ ਆ ਸਹੀ ਇੱਧਰ ਦੇ ਬਾਹਰ ਆ ਹਾਂ ਆ ਤੈਨੂੰ ਆਵੇ ਕਿਸੇ ਦੀ ਚੁੱਪ ਕਰ ਚੁੱਪ ਕਰ ਚੁੱਪ ਕਰ ਹਾਂ ਇਹਨੇ ਕਹਿ ਤੈਨੂੰ ਆਵੇ ਕਿਸੇ ਦੀ ਇਹੀ ਤੁਸੀਂ ਕਹ ਚੁੱਪ ਕਰ ਚੁੱਪ ਕਰ ਚੁੱਪ ਕਰ ਯਾਰ ਆ ਕੀ ਗੱਲ ਆ ਕੀ ਬਕਵਾਸ ਅੱਲਾ ਦੀ ਕਸਮ ਓਏ ਆ ਕਿਦਾਂ ਆਵਾਜ਼ ਆਉਂਦੀ ਹੈ ਓ ਯਾਰ ਤੈਰਨ ਤੇ ਲਾਣ ਤੇ ਭੇਜ ਆਇਆ ਕੀ ਗੱਲ ਆ ਆਲੂ ਨੂੰ ਨਾ ਖਲਾਸ ਵਿੱਚ ਦੋਤਾ ਹਲਾਉਣਾ ਨਹੀਂ ਪਾਣੀ ਪਹਿਲੇ ਪਾਣੀ ਖਲੋ ਲੈਣ ਦੇ ਇੱਕ ਜਗ੍ਹਾ ਤੇ ਚੱਲ ਹਜਾ ਬਸ ਹੋ ਗਈ ਓਏ ਕੀ ਹੋ ਗੋਤਾ ਆ ਗਿਆ ਓਏ ਗੋਤਾ ਆ ਗਿਆ ਫੈਸਲ ਵਾਹ ਉਸਤਾਦ ਜੀ ਓਏ ਹੋਏ ਕੋਣਾ ਕਹਿੰਦਾ ਪਾਣੀ ਵਿੱਚ ਕੁਝ ਪਾਇਆ ਹੋਇਆ ਸਿਆਣੇ ਕਹਿੰਦੇ ਨੇ ਤਾਰੂ ਹੀ ਡੁੱਬਦਾ ਜਦੋਂ ਡੁੱਬਦਾ ਤੇ ਤੈਨੂੰ ਤਰਨਾ ਆਉਂਦਾ ਤੇ ਫਿਰ ਡੁੱਬਣ ਨਹੀਂ ਦਿਆ ਤੂੰ ਅੱਲਾ ਮਾਫੀ ਐਦਾਂ ਨਾਲ ਮਾਦਾ ਪਾਣੀ ਚ ਮਿੱਠਾ ਹੱਲ ਕਰਨ ਦੇ ਆ ਮੇਰਾ ਬਸ ਚੱਲੇ ਮੈਂ ਮਿੱਠਾ ਪਾਣੀ ਚ ਹੱਲ ਕਰਦਾ ਹੁਣ ਸਾਜੀ ਮਿੱਠਾ ਵੀ ਤੇ ਨਾਲ ਫਰੀਦ ਜੀ